ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਸਭ ਰੂਹਾਂ ਨੂੰ ਅਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਨਾਲ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਨਾਲ ਇੱਕ ਕਿੱਸਾ ਹਜ਼ਰਤ ਸੈਯਦ ਸ਼ੇਖ ਅਬਦੁਲ ਕਾਦਰ ਸ਼ਾਹਿਦਾਂ ਦੀ ਮਹਿਬੂਬੁਲ ਸੁਭਾਨੀ ਕੁਤਬ ਰਬਾਨੀ ਬਲੀਆਂ ਨੇ ਬਲੀ ਬਲੀ ਪੀਰਾਂ ਨੇ ਪੀਰ ਦਸਤਗੀਰ ਪੀਰ ਮੇਰਾ ਗੌਸ ਪਾਕ ਸਰਕਾਰ ਉਹਨਾਂ ਦਾ ਕਿੱਸਾ ਆਪ ਨਾਲ ਸਾਂਝਾ ਕਰਾਂਗਾ ਕਿ ਸਰਕਾਰ ਜੀ ਆਪਣੇ ਮਰੀਦਾਂ ਦੇ ਕਿਵੇਂ ਕਰਮ ਕਰਦੇ ਨੇ। ਜਦੋਂ ਮਰੀਦ ਹੋ ਕੇ ਗੁਰੂ ਦਾ ਕਹਿਣਾ ਨਹੀਂ ਮੰਨੀਏ ਫਿਰ ਕੀ ਹੁੰਦਾ ਹੈ? ਤੋ ਅੱਜ ਦਾ ਕਿੱਸਾ ਪੂਰਾ ਜ਼ਰੂਰ ਸੁਣਨਾ, ਅਗਰ ਚੰਗਾ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ ਤੇ ਜੋ ਹਰ ਕਿਤੇ ਮਿਹਰਬਾਨ ਔਰ ਨਿਗਹਬਾਨ ਹੈ। ਕਹਿੰਦੇ ਕਿ ਇੱਕ ਇਨਸਾਨ ਇਹਦੀ ਭਟਕਦਾ ਫਿਰਦਾ ਰਹਿੰਦਾ ਸੀ, ਕਦੀ ਕਿੱਧਰ ਕਦੀ ਕਿੱਧਰ ਕਦੀ ਕਿਤੇ ਕਦੀ ਕਿਤੇ, ਤੇ ਇੱਕ ਦਿਨ ਪਹੁੰਚਦਾ ਸ਼ਹਿਰ ਬਗਦਾਦ ਦੇ ਵਿੱਚ ਚਲਾ ਗਿਆ। ਤੇ ਪੀਰ ਮੇਰਾ ਗੌਸ ਪਾਕ ਸਰਕਾਰ ਉਹਨਾਂ ਦੇ ਦਰ ਤੇ ਗਿਆ ਤੇ ਉਹਨਾਂ ਦਾ ਮਰੀਦ ਹੋ ਗਿਆ। ਹੁਣ ਜਦੋਂ ਆਪਾਂ ਕਿਸੇ ਦੇ ਮਰੀਦ ਹੁੰਦੇ ਹਾਂ ਤੇ ਉਸ ਵੇਲੇ ਆਪਾਂ ਨੂੰ ਫਿਰ ਉਹਨਾਂ ਦੇ ਕਹਿਣ ਵਿੱਚ ਰਹਿਣਾ ਪੈਂਦਾ ਹੁੰਦਾ, ਜਿੱਦਾਂ ਕਿਹਾ ਉੱਦਾਂ ਕਰਨਾ ਪੈਂਦਾ, ਜੋ ਕਿਹਾ ਉਹ ਕਰਨਾ ਪੈਂਦਾ ਹੁੰਦਾ। ਇਸੇ ਤਰ੍ਹਾਂ ਉਹ ਵੀ ਮਰੀਦ ਹੋ ਗਿਆ, ਪਰ ਉਹ ਮਰੀਦ ਹੋ ਗਿਆ ਤੇ ਪਰ ਗੌਸ ਪਾਕ ਸਰਕਾਰ ਜੀ ਦਾ ਕਹਿਣਾ ਮੰਨਣਾ ਉਹਨੇ ਬੰਦ ਕਰ ਦਿੱਤਾ। ਜੋ ਸਰਕਾਰ ਨੇ ਕਹਿਣਾ ਉਹ ਨਾ ਕਰਨਾ, ਆਪਣੀ ਮਰਜ਼ੀ ਕਰਨੀ, ਆਪਣੀ ਮਰਜ਼ੀ ਦੇ ਵਿੱਚ ਤੁਰਿਆ ਫਿਰਨਾ, ਆਪਣੀ ਮਰਜ਼ੀ ਦੇ ਵਿੱਚ ਦਿਲ ਕੀਤਾ ਬੰਦਗੀ ਕਰ ਲਈ, ਦਿਲ ਕੀਤਾ ਨਹੀਂ ਕੀਤੀ। ਤੋ ਸਰਕਾਰ ਕਹਿਣ ਲੱਗੇ ਬਈ ਇਹ ਆਪਣੀ ਮੌਜ ਵਿੱਚ ਰਹਿੰਦਾ ਜਿੱਦਾਂ ਰਹਿੰਦਾ, ਚਲੋ। ਪਰ ਜਿਹੜੇ ਬਾਕੀ ਮਰੀਦ ਸੀ ਉਹ ਇਤਰਾਜ਼ ਕਰਦੇ ਸੀ, ਕਹਿੰਦੇ ਕਿ ਸਰਕਾਰ ਜੀ ਦੇਖੋ ਅਸੀਂ ਜੋ ਤੁਸੀਂ ਕਹਿੰਦੇ ਹਾਂ ਉਹ ਕਰਦੇ ਹਾਂ, ਪਰ ਇਹ ਕਰਦਾ ਕੁਝ ਨਹੀਂ। ਸਰਕਾਰ ਹੱਸੇ ਕਹਿੰਦੇ ਕੋਈ ਗੱਲ ਨਹੀਂ, ਇਹਦੀ ਮੌਜ ਹੈ, ਜਿਵੇਂ ਕਰਦਾ ਕਰਨ ਦਿਓ, ਵਕਤ ਹੈ, ਜੀ ਕਰਦਾ ਇਹਦਾ, ਬੰਦਗੀ ਕਰਦਾ, ਜੀ ਕਰਦਾ ਬੰਦਗੀ ਨਹੀਂ ਕਰਦਾ, ਜਿਵੇਂ ਵੀ ਹੈ ਕੋਈ ਗੱਲ ਨਹੀਂ, ਸਮਾਂ ਆਵੇਗਾ ਤੇ ਆਪੇ ਠੀਕ ਹੋ ਜਾਵੇਗਾ। ਤੋ ਇਸੇ ਤਰ੍ਹਾਂ ਹੁਣ ਕਾਫੀ ਸਮਾਂ ਗੁਜ਼ਰਿਆ, ਕਦੀ ਬੰਦਗੀ ਕਰ ਲਈ ਕਦੀ ਨਹੀਂ ਕੀਤੀ, ਦਿਲ ਕੀਤਾ ਬੈਠ ਗਿਆ, ਦਿਲ ਕੀਤਾ ਨਹੀਂ ਬੈਠੇ। ਤੋ ਇੱਕ ਦਿਨ ਗੌਸ ਪਾਕ ਸਰਕਾਰ ਜੀ ਜੰਗਲ ਦੇ ਵਿੱਚ ਬੈਠੇ ਆਪਣੇ ਮੁਰੀਦਾਂ ਦੇ ਨਾਲ ਕੁਝ ਰੱਬ ਘਰ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ, ਕੁਝ ਇਸ਼ਕ ਦੀਆਂ ਗੱਲਾਂ, ਕੁਝ ਇਬਾਦਤ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ। ਤੇ ਸਾਂਝੀਆਂ ਜਦੋਂ ਗੱਲਾਂ ਕਰਦੇ ਤੇ ਉੱਥੇ ਇਹ ਮਰੀਦ ਵੀ ਅੱਗੇ ਪਿੱਛੇ ਫਿਰੀ ਜਾਵੇ, ਵਿੱਚ ਬਹਿ ਕੇ ਸੁਣਦਾ ਨਾ, ਐਵੇਂ ਫਿਰੀ ਜਾਂਦਾ ਕਦੀ ਇੱਧਰ ਕਦੀ ਇੱਧਰ। ਤੇ ਜਿਹੜੇ ਮਰੀਦ ਸੀ ਹੋਰ ਉਹਨਾਂ ਨੇ ਫਿਰ ਇਤਰਾਜ਼ ਕੀਤਾ ਕਿ ਸਰਕਾਰ ਦੇਖੋ ਤੁਸੀਂ ਰੂਹਾਨੀ ਦੀਆਂ ਗੱਲਾਂ, ਰੂਹਾਨੀ ਦਾ ਫੈਜ਼ ਸਾਡੇ ਨਾਲ ਸਾਂਝਾ ਕਰ ਰਹੇ ਹੋ, ਇਹ ਫਿਰ ਨਹੀਂ ਲੱਗੇ ਆ ਰਿਹਾ। ਸਰਕਾਰ ਕਹਿੰਦੇ ਚਲੋ ਦੇਖਦੇ ਹਾਂ। ਫਿਰ ਸਰਕਾਰ ਨੇ ਦੇਖਿਆ ਕਿ ਕਿਉਂਕਿ ਮੁਰੀਦ ਜਦੋਂ ਆਪਾਂ ਬਣਦੇ ਹਾਂ ਤੇ ਮੁਰਸ਼ਿਦ ਪਰਖ ਵੀ ਲੈਂਦਾ ਹੁੰਦਾ, ਤਾਂ ਸਰਕਾਰ ਨੇ ਕਿਹਾ ਵੀ ਦੇਖੀਏ ਇਹ ਪਰਖੀਏ ਕੀ ਕਰਦਾ, ਇਹਦਾ ਕੀਦਾ, ਇਹਦਾ ਯਕੀਨ ਪੱਕਾ ਹੈ ਜਾਂ ਨਹੀਂ ਹੈ। ਤੋ ਸਰਕਾਰ ਉਹਨੂੰ ਆਵਾਜ਼ ਮਾਰੀ, ਓਏ ਇੱਧਰ ਆ ਬਈ, ਤੇ ਕੋਲ ਚਲ ਗਿਆ। ਹਾਂਜੀ ਸਰਕਾਰ ਦੱਸੋ। ਕਹਿੰਦੇ ਬਾਹਰ ਤੁਰਿਆ ਫਿਰਦਾ, ਕੁਝ ਕਰੇਗਾ ਵੀ? ਕਹਿੰਦੇ ਜੀ ਹੁਕਮ ਦੱਸੋ। ਕਹਿੰਦੇ ਜੀ ਏਦਾਂ ਕਰ, ਫੇਰ ਬਹੁਤ ਚਿਰ ਆਪਣੀ ਤੇ ਮਰਜ਼ੀ ਕਰ ਲਈ ਆ, ਹੁਣ ਜੋ ਤੈਨੂੰ ਅਸੀਂ ਕਹਿੰਦੇ ਉਹ ਕਰੂੰਗਾ। ਕਹਿੰਦਾ ਜੀ ਠੀਕ ਆ। ਕਹਿੰਦੇ ਆ ਲੈ ਡੋਲੂ, ਪਾਣੀ ਭਰ ਕੇ ਲਿਆ ਸਾਡੇ ਲਈ। ਤੇ ਕੋਲੇ ਹੀ ਹੁਣ ਸਰਕਾਰ ਸਭ ਕੁਝ ਜਾਣਦੇ ਆ, ਤੇ ਕੋਲੇ ਹੀ ਪਾਣੀ ਚੱਲਦਾ ਸੀ, ਉੱਥੇ ਪਾਣੀ ਭਰਨ ਲੱਗਾ। ਜਦੋਂ ਪਾਣੀ ਭਰਨ ਲੱਗਾ ਦਿਲ ਕੀਤਾ ਚੱਲ ਥੋੜਾ ਨਹਾ ਲਈਏ, ਪਹਿਲਾਂ ਨਹਾ ਲੈਂਦੇ ਹਾਂ, ਦੋ ਚੁੱਭੀਆਂ ਲਾ ਲੈਂਦੇ ਹਾਂ, ਠੰਡੇ ਜਿਹਾ ਹੋ ਜਾਸੀ, ਕੋਈ ਗੱਲ ਨਹੀਂ ਲੈ ਜਾਂਗੇ ਪਾਣੀ, ਸਰਕਾਰਾਂ ਨੂੰ ਜਿਹੜਾ ਚਾਹੀਦਾ ਕੋਈ ਗੱਲ ਨਹੀਂ ਰੋਕ ਲੈਂਦੇ। ਇਹ ਤਾਂ ਗੱਲਬਾਤ ਕਰਦਾ ਤੇ
ਪਾਣੀ ਦੇ ਵਿੱਚ ਵੜ ਗਿਆ। ਹੁਣ ਸਰਕਾਰ ਮੌਜ ਵਿੱਚ ਸੀ, ਸਰਕਾਰ ਸਭ ਕੁਝ ਜਾਣਦੇ ਸੀ। ਜਦੋਂ ਪਾਣੀ ਦੇ ਵਿੱਚ ਵੜਿਆ, ਪਾਣੀ ਦਾ ਬਹਾਅ ਥੋੜਾ ਤੇਜ਼ ਹੋਇਆ, ਪਾਣੀ ਦੇ ਨਾਲ ਰੁੜ ਗਿਆ। ਜਦੋਂ ਪਾਣੀ ਦੇ ਨਾਲ ਰੁੜ ਗਿਆ, ਥੋੜਾ ਅੱਗੇ ਚਲਾ ਗਿਆ, ਜਿੱਥੇ ਪਾਣੀ ਡੂੰਘਾ ਸੀ ਉੱਥੇ ਚਲ ਗਿਆ। ਹੁਣ ਪੈਰ ਥੱਲੇ ਲੱਗਦੇ ਨਹੀਂ ਤੇ ਪਾਣੀ ਹੈਗਾ ਡੂੰਘਾ, ਤੇ ਵਿੱਚ ਜਦੋਂ ਡੁੱਬਣ ਲੱਗਾ ਤੇ ਆਵਾਜ਼ਾਂ ਮਾਰਦਾ, ਸਰਕਾਰ ਬਚਾਓ, ਸਰਕਾਰ ਬਚਾਓ, ਸਰਕਾਰ ਜੀ ਬਚਾਓ। ਜਦੋਂ ਆਵਾਜ਼ਾਂ ਮਾਰਦਾ ਤੇ ਕੁਝ ਕਰਮਾਪ ਹੋਈ ਤੇ ਬਚ ਗਿਆ, ਕੰਢੇ ਤੇ ਆ ਗਿਆ, ਪਾਣੀ ਭਰਿਆ ਲੈ ਗਿਆ। ਸਰਕਾਰ ਕਹਿੰਦੇ ਵੀ ਇੰਨਾ ਵਕਤ ਲਾਤਾ, ਕਹਿੰਦਾ ਜੀ ਇੱਦਾਂ ਕਰਕੇ ਮੈਂ ਰੁੜ ਗਿਆ ਸੀ ਤੇ ਉੱਥੋਂ ਮਸੀਂ ਬਚ ਕੇ ਆਇਆ। ਸਰਕਾਰ ਕਹਿੰਦੇ ਅੱਛਾ ਆਪੇ ਬਚ ਕੇ ਆਇਆ? ਕਹਿੰਦੇ ਹਾਂ ਆਪੇ ਬਚ ਕੇ ਆਇਆ। ਕਹਿੰਦੇ ਅੱਛਾ ਅੱਛਾ ਅਸੀਂ ਬਚਾਇਆ ਤੈਨੂੰ? ਕਹਿੰਦੇ ਨਹੀਂ। ਤੁਸੀਂ ਕਿੱਥੋਂ ਬਚਾਇਆ? ਤੋ ਪਾਣੀ ਡੂੰਘਾ ਸੀ। ਕਹਿੰਦੇ ਪਾਣੀ ਡੂੰਘਾ ਸੀ ਵਿੱਚ, ਜਦੋਂ ਆਵਾਜ਼ਾਂ ਮਾਰੀਆਂ ਤੁਸੀਂ ਤਾਂ ਆਏ ਨੀ, ਤੁਸੀਂ ਇੱਥੇ ਇਹਨਾਂ ਨੂੰ ਦੱਸੀ ਗਏ ਪ੍ਰਚਾਰ ਆਪਣਾ, ਤੁਸੀਂ ਉੱਥੇ ਪਹੁੰਚੇ ਨੀ। ਉੱਥੇ ਦੇਖ, ਇੰਨਾ ਕੁ ਮੈਨੂੰ ਪਤਾ ਲੱਗਾ ਵੀ ਇੱਕ ਹੱਥ ਆਇਆ ਬਹੁਤ ਵੱਡਾ, ਉਸ ਹੱਥ ਨੇ ਮੈਨੂੰ ਕਰਕੇ ਕੰਢੇ ਦੇ ਰੱਖ ਦਿੱਤਾ ਤੇ ਮੈਂ ਮਸੀਂ ਬਚ ਕੇ ਬਾਹਰ ਆਇਆ, ਤੁਸੀਂ ਇੱਥੇ ਬੈਠੇ ਰਹਿ ਰਹੇ। ਸਰਕਾਰ ਹੱਸੇ, ਕਹਿੰਦੇ ਅੱਛਾ ਠੀਕ ਆ। ਤੇ ਸਰਕਾਰ ਜਦੋਂ ਆਵਾਜ਼ਾਂ ਮਾਰਦਾ ਸੀ, ਸਰਕਾਰ ਨੇ ਦੇਖਿਆ ਕਿ ਇਹ ਬੰਦਾ ਆਵਾਜ਼ਾਂ ਮਾਰਦਾ ਫਸ ਗਿਆ, ਪਰ ਹੈ ਗੌਸ ਦਾ, ਇਹਦੀ ਪਰਖ ਲਈ ਆ। ਇਹ ਪਰਖ ਦੇ ਵਿੱਚ ਪੂਰਾ ਨਹੀਂ ਹੋਇਆ, ਫਿਰ ਪਾਣੀ ਭਰਨ ਦੀ ਬਜਾਏ ਨਹਾਉਣ ਲੱਗ ਪਿਆ। ਵੀ ਸਾਡਾ ਕਹਿਣ ਇੱਕ ਤਾਂ ਹੈ ਨਹੀਂ, ਪਰ ਦੁਨੀਆ ਦੇ ਵਿੱਚ ਹੋਵੇ ਗੌਸ ਦਾ ਤੇ ਡੁੱਬ ਜਾਵੇ, ਇਹ ਕਦੀ ਨਹੀਂ ਹੋ ਸਕਦਾ। ਤੋ ਸਰਕਾਰ ਨੇ ਬਚਾ ਲਿਆ। ਸਰਕਾਰ ਕਹਿੰਦੇ ਅੱਛਾ ਵੀ ਗੱਲ ਦੱਸ, ਚੱਲ ਅਸੀਂ ਤੈਨੂੰ ਨਹੀਂ ਬਚਾਇਆ, ਜਿਹੜਾ ਹੱਥ ਸੀ ਉਹ ਹੱਥ ਪਛਾਣਨਾ। ਕਹਿੰਦੇ ਹੱਥ ਪਛਾਣ ਲਓ। ਤੇ ਸਰਕਾਰ ਕੰਪਨੀ ਦੀ ਬੁਕਲ ਮਾਰ ਕੇ ਬੈਠੇ ਸੀ ਤੇ ਹੱਥ ਕੱਢਿਆ, ਜਦੋਂ ਹੱਥ ਗਿੱਲਾ, ਬਾਂਹ ਸਾਰੀ ਗਿੱਲੀ, ਕਹਿੰਦੇ ਆਹ ਦਿੱਤਾ ਹੱਥ ਨਹੀਂ ਸੀ। ਕਹਿੰਦੇ ਇੰਨੀ ਗੱਲ ਦੇਖੀ ਪੈਰੀ ਪੈ ਗਿਆ। ਕਹਿੰਦਾ ਸਰਕਾਰ ਜੀ ਬਚਾ, ਮੈਨੂੰ ਬਖਸ਼ੀ ਦਿਓ, ਗਲਤੀ ਹੋ ਗਈ। ਕਹਿੰਦੇ ਕਿ ਮੈਂ ਆਪਣਾ ਯਕੀਨ ਨਹੀਂ ਪੱਕਾ ਕੀਤਾ, ਮੈਂ ਆਪਣਾ। ਸਰਕਾਰ ਕਹਿੰਦੇ ਤੂੰ ਯਕੀਨ ਪੱਕਾ ਕਰ ਚਾਹੇ ਨਾ ਕਰ, ਤੂੰ ਸਾਨੂੰ ਦਿਲੋਂ ਮੰਨ ਚਾਹੇ ਨਾ ਮੰਨ, ਸਾਡੇ ਕਹਿ ਤੇ ਬੰਦਗੀ ਕਰ ਚਾਹੇ ਨਾ ਕਰ। ਜਿਹੜਾ ਇੱਕ ਵਾਰੀ ਗੌਸ ਦਾ ਹੋ ਗਿਆ, ਉਹ ਦੁਨੀਆ ਦੇ ਵਿੱਚ ਨਾ ਕਿਤੇ ਡੁੱਬ ਸਕਦਾ ਤੇ ਨਾ ਹੀ ਉਹਨੂੰ ਦੁਨੀਆ ਵਿੱਚ ਕੋਈ ਡੋਬ ਸਕਦਾ। ਤੋ ਇੰਨੀ ਤਾਕਤ ਹੈ ਸਰਕਾਰ ਜੀ ਦੇ ਨਾਮ ਦੇ ਵਿੱਚ। ਅਸੀਂ ਜੇ ਨਾਮ ਲਈਏ ਨਾ, ਸਿਰਫ ਨਾਮ ਹੀ ਲੈਣਾ, ਅਸੀਂ ਚਾਹੇ ਕੁਝ ਕਰੀਏ ਚਾਹੇ ਨਾ ਕਰੀਏ, ਜੇ ਅਸੀਂ ਸਰਕਾਰ ਦੇ ਨਾਲ ਇੱਕ ਵਾਰੀ ਜੁੜ ਗਏ ਨਾ, ਫਿਰ ਸਾਡੇ ਕੋਈ ਵੀ ਖਰਾਬੀ ਨਹੀਂ ਕਰ ਸਕਦਾ, ਕੋਈ ਸਾਡਾ ਵਾਲ ਪੰਗਾ ਨਹੀਂ ਕਰ ਸਕਦਾ। ਇੰਨਾ ਤਾਕਤ ਹੈ ਸਰਕਾਰ ਦੇ ਜ਼ਿਕਰ ਦੇ ਵਿੱਚ, ਉਹਨਾਂ ਦੇ ਨਾਮ ਲੈਣ ਦੇ ਵਿੱਚ। ਤੋ ਆਪਾਂ ਖੁਸ਼ ਨਸੀਬ ਹਾਂ ਕਿ ਅਸੀਂ ਸਰਕਾਰਾਂ ਦੀਆਂ 11ਵੀਆਂ ਕਰਦੇ ਹਾਂ, ਅਸੀਂ ਸਰਕਾਰਾਂ ਨੂੰ ਯਾਦ ਕਰਦੇ ਹਾਂ, ਅਸੀਂ 11ਵੀਂ ਸੁਨੇਹੇ ਸਾਂਝੇ ਕਰਦੇ ਹਾਂ, ਅਸੀਂ ਸਰਕਾਰ ਜੀ ਦੇ ਇਸ਼ਕ ਦੇ ਵਿੱਚ ਰਹਿੰਦੇ ਹਾਂ, ਕਸੀਦੇ ਕਰਦੇ ਹਾਂ, ਕਿਸਾਨ ਦੇ ਸਰਕਾਰ ਦੇ ਵਜ਼ੀਫੇ ਕਰਦੇ ਹਾਂ। ਤੋ ਇਹ ਸਰਕਾਰ ਦਾ ਕਰਮ ਹੈ, ਰਹਿਮਤ ਸਰਕਾਰ ਦੀ, ਤਾਂ ਹੀ ਆਪਾਂ ਕਰਦੇ ਹਾਂ। ਤੇ ਉਹਨਾਂ ਦੇ ਮਰਜ਼ੀ ਤੋਂ ਬਿਨਾਂ ਤੇ ਉਹਨਾਂ ਦਾ ਕੋਈ ਨਾਮ ਵੀ ਨਹੀਂ ਲੈ ਸਕਦਾ। ਇਹ ਸਰਕਾਰ ਜੀ ਦੀ ਕੌਲ ਹੈ ਕਿ ਗੌਸ ਪਾਕ ਸਰਕਾਰ ਦਾ ਨਾਮ ਉਹ ਹੀ ਇਨਸਾਨ ਲੈ ਸਕਦਾ ਜਿਹਨਾਂ ਦੀ ਮਰਜ਼ੀ ਹੈ ਸਰਕਾਰ ਦੀ, ਵੀ ਇਹ ਬੰਦੇ ਨਾਮ ਲੈਣ ਲੈਣ, ਦੂਜਾ ਕੋਈ ਨਹੀਂ ਕਰ ਸਕਦਾ। ਤੋ ਆਪਾਂ ਇਸ਼ਕ ਦੇ ਵਿੱਚ ਰਹਿਣਾ, ਸਰਕਾਰ ਨੂੰ ਯਾਦ ਕਰਨਾ, ਸਰਕਾਰ ਦੇ ਇਸ਼ਕ ਦੇ ਵਿੱਚ ਰਹਿ ਕੇ ਆਪਾਂ ਬੰਦਗੀ ਕਰਨੀ ਆ, ਦੁਆ ਬੇਨਤੀ ਫਰਿਆਦ ਕਰਨੀ ਆ। ਤੋ ਸਰਕਾਰ ਤਾਂ ਜੋ ਆਪਣਾ ਜਿਹੜਾ ਆ ਅਕੀਦਾ ਪੱਕਾ ਹੋ ਜਾਵੇ, ਸਾਡਾ ਯਕੀਨ ਪੱਕਾ ਹੋ ਜਾਵੇ ਸਰਕਾਰ ਦੇ ਉੱਪਰ, ਤੁਰਦੇ ਵਿਰਦੇ ਉੱਤੇ ਬਸ ਜ਼ਿਕਰ ਕਰ ਸਰਕਾਰ ਜੀ ਦਾ, ਕਸੀਦਾ ਸਰਕਾਰ ਜੀ ਦਾ, ਤੇ ਆਪਾਂ ਮਾਲਕ ਦੀ ਨਿਗਾਹ ਦੇ ਵਿੱਚ। ਤੇ ਅਸੀਂ ਜੇ ਸਰਕਾਰ ਦੇ ਹੋ ਗਏ ਨਾ, ਝੂਠ ਵੀ ਬੋਲਦੇ ਹਾਂ,
ਤਾਂ ਵੀ ਸਰਕਾਰ ਦੇ ਹੀ ਆ। ਸਰਕਾਰ ਕਹਿੰਦੇ ਕਿ ਜਿਹੜੇ ਤਾਂ ਮੈਨੂੰ ਮੰਨਦੇ ਉਹ ਤਾਂ ਮੇਰੇ ਆ, ਜਿਹੜੇ ਨਹੀਂ ਮੰਨਦੇ ਪਰ ਨਾ ਮੇਰਾ ਲੈਂਦੇ ਆ ਉਹ ਵੀ ਮੇਰੇ ਹੀ ਆ। ਤੋ ਆਪਾਂ ਸਰਕਾਰ ਦੇ ਹੀ ਆਈਆਂ, ਫਿਰ ਵੀ ਆਪਾਂ ਆਪਣੇ ਆਪ ਨੂੰ ਸੁਧਾਰੀਏ, ਹਕੀਕਤ ਲੈ ਕੇ ਆਈਏ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਨਵੇਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।